ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋ ਸਾਹਿਬ ਅ ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਅਰਸ਼ ਸਾਰੇ ਸਰੋਤਾਂ ਦਰਸ਼ਕਾਂ ਨੂੰ ਵੀ ਜੀ, ਮਿਹਰਬਾਨੀ। ਕੀ ਹਾਲ ਚਾਲ? ਵਧੀਆ। ਹਾਂ ਜੀ ਬਿਲਕੁਲ, ਦੇਖੋ ਉਹਨਾਂ ਕੇ ਸਰਦ ਦਿਨ ਹੈ, ਪਰ ਕੱਲ ਨੂੰ ਆਲ ਆਫ ਸਡਨ ਜਾਨੀ ਕਿ 16 ਡਿਗਰੀ ਦੱਸਿਆ ਜਾ ਰਿਹਾ। ਵਾਓ, ਤੇ ਮੌਸਮ ਦੇ ਵਿੱਚ ਜਿਹੜੀ ਇਹ ਜਿੰਨੀ ਬਿਗ ਸ਼ਿਫਟ ਚੱਲ ਰਹੀ ਆ, ਸੋ ਹੋਪਫੁਲੀ ਇਹ ਜਾ ਰਹੀ ਸਰਦੀ ਦਾ ਕਮਾਲ ਹੈ, ਸੋ ਅੱਜ ਦੇ ਦਿਨ ਦਾ ਆਨੰਦ ਮਾਣਿਆ ਜਾ ਸਕਦਾ ਜੀ। ਬਿਲਕੁਲ ਜੀ। ਜੋਲ ਸਾਹਿਬ, ਫਿਰ ਗੱਲਬਾਤ ਕਰੀਏ ਰੀਜਨ ਆਫ ਪੀਲ ਦੇ ਬਾਰੇ ਆ, ਜਿੱਥੇ ਕਾਫੀ ਵੱਡੀ ਤਾਦਾਦ ਦੇ ਵਿੱਚ ਗਾਰਬੇਜ ਦਾ ਨਵਾਂ ਜੋ ਪ੍ਰਪੋਜ਼ਡ ਮਾਡਲ ਆਇਆ ਹੈ ਕਲੈਕਸ਼ਨ ਦੀ ਮੈਨੇਜਮੈਂਟ ਦੇ ਵਾਸਤੇ। ਪੀਐਲ ਦ ਰੀਜਨ ਆਫ ਪੀਐਲ ਮਿਸਿਸਾਗਾ ਬ੍ਰੈਂਪਟਨ ਕੈਲੇਡਨ ਨਿਵਾਸੀਆਂ ਤੋਂ ਆਪਣੀ ਓਪੀਨੀਅਨ ਰਾਏ ਲੈਣਾ ਚਾਹੁੰਦੀ ਹੈ ਜੀ, ਕਿ ਕਿਸ ਤਰ੍ਹਾਂ ਦਾ ਮਾਡਲ ਹੋਣਾ ਚਾਹੀਦਾ, ਕੀ ਉਹਨਾਂ ਦਾ ਮਾਡਲ ਵਧੀਆ ਲੱਗ ਰਿਹਾ, ਕੀ ਉਹਨਾਂ ਨੂੰ ਫੀਡਬੈਕ ਚਾਹੀਦਾ, ਕਿ ਉਹ ਕਿੱਦਾਂ ਦਾ ਕੰਮ ਕਰ ਰਹੇ ਨੇ ਜੀ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਵੀ ਹੁਣ ਨਾ ਤੇ ਆਪਾਂ ਪਹਿਲੀ ਵਾਰੀ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ, ਤੇ ਯਾਨੀ ਤੀਸਰੀ ਵਾਰੀ ਰਿਮਾਇੰਡ ਕਰਾਉਣ ਜਾ ਰਹੇ ਹਾਂ ਤੇ ਮੁੜ ਕੇ, ਕਿਉਂਕਿ ਜਦੋਂ ਕਾਨੂੰਨ ਕੋਈ ਨਵਾਂ ਬਾਈਲਾ ਆ ਜਾਂਦਾ ਤੇ ਫੇਰ ਜਿਹੜਾ ਆਪਾਂ ਆਲੋਚਨਾਤਮਕ ਸੁਰਾਂ ਜਿਹੜੀਆਂ ਬੜੀਆਂ ਉੱਚੀਆਂ ਸੁਣਦੇ ਹਾਂ ਵੀ ਐ ਕਰਤਾ ਜੀ, ਉਹ ਕਰਤਾ ਜੀ, ਹਨਾ ਜੀ, ਪਤਾ ਹੀ ਨਹੀਂ ਲੱਗਾ ਜੀ, ਕਿਸੇ ਨੇ ਦੱਸਿਆ ਹੀ ਨਹੀਂ ਜੀ, ਹੁਣ ਭਾਵੇਂ ਦੱਸ ਹੀ ਰਿਹਾ ਹੋਵੇ ਮੀਡੀਆ ਪਰ ਕੁਛ ਸੁਣੇ ਤੇ ਤਾਂ ਆ। ਸੋ ਜਿੱਦਾਂ ਦਾ ਪਤਾ ਲੱਗ ਰਿਹਾ ਵੀ ਉਹ ਕਈ ਮਹੀਨਿਆਂ ਤੋਂ ਹੁਣ ਫੀਡਬੈਕ ਲੈ ਰਹੇ ਨੇ, ਸਮਾਂ ਖੁੱਲਾ ਦਿੱਤਾ ਹੋਇਆ, ਕੰਮ ਵੀ 5 ਮਿੰਟ ਦਾ ਹੀ ਹੈ ਜੀ, ਵੀ ਉੱਥੇ ਕੋਈ ਬਹੁਤੀ ਜ਼ਿਆਦਾ ਫੀਡਬੈਕ ਜਾ ਨਹੀਂ ਰਹੀ। ਤੇ ਜੇ ਕੱਲ ਨੂੰ ਉਹਨਾਂ ਨੇ ਜਾਣੀ ਆਪਣੀ ਰਿਪੋਰਟ ਦੇ ਬੇਸ ਤੇ ਇਹ ਕੂੜਾ ਘਰੋ ਘਰੀ ਜਿਹੜਾ ਚੁੱਕਿਆ ਜਾਂਦਾ ਵੀ ਉੱਥੇ ਕੋਈ ਫੀਸ ਲਾ ਦਿੱਤੀ ਤੇ ਨਾਲ ਪ੍ਰੋਪਰਟੀ ਟੈਕਸ ਵੀ ਓਡੋ ਗੇਡ ਹੀ ਲਈ ਗਏ, ਤੇ ਫੇਰ ਲੋਕਾਂ ਨੇ ਕਹਿਣਾ ਲਓ ਜੀ ਕਮਾਲ ਕਰ ਦਿੱਤੀ, ਇਹਨਾਂ ਨੂੰ ਕੌਂਸਲਾਂ ਨੇ ਏਦਾਂ ਕਰਤਾ, ਮੇਅਰ ਨੇ ਏਦਾਂ ਕਰਤਾ, ਉਹਨਾਂ ਨੇ ਤਾਂ ਚਲੋ ਕਰਤਾ, ਪਰ ਆਪਾਂ ਨੂੰ ਵੀ ਜਦੋਂ ਮੌਕਾ ਮਿਲਿਆ ਤੇ ਆਪਾਂ ਵੀ ਕੁਛ ਨਾ ਕੀਤਾ। ਹੁਣ ਇੱਕ ਵਾਰ ਫੇਰ ਆਪਾਂ ਤੀਸਰੀ ਵਾਰ ਦੱਸ ਰਹੇ ਹਾਂ, ਜਿੱਦਾਂ ਕਿਹਾ ਦੇਖੋ ਪਾਣੀ ਦੇ ਉੱਤੇ ਕਿੱਡਾ ਵੱਡਾ ਸਰਚਾਰਜ ਮੋਟਾ ਲੱਗਿਆ ਹੋਇਆ। ਹੁਣ ਜਦੋਂ ਤੋਂ ਇਹ ਮੋਸ਼ਨ ਹੀ ਸਿਟੀ ਕੌਂਸਲ ਦੇ ਵਿੱਚ ਆਇਆ ਸੀ ਪਾਣੀ ਦਾ, ਇਹ ਸਰਚਾਰਜ ਸਟੋਰਮ ਵਾਟਰ ਸਰਚਾਰਜ ਜਿਹੜਾ ਮੋਟਾ ਲਾਉਣਾ ਸੀ, ਉਦੋਂ ਤੋਂ ਦੱਸਦੇ ਆ ਰਹੇ ਹਾਂ। ਅੱਜ ਤੱਕ ਵੀ ਬਹੁਤ ਸਾਰੇ ਬ੍ਰੈਂਪਟਨ ਦੇ ਵਾਸੀ ਇਹੋ ਜਿਹੇ ਆ ਜਿਹਨਾਂ ਨੂੰ ਇਸ ਸਰਚਾਰਜ ਬਾਰੇ ਪਤਾ ਨਹੀਂ, ਤੇ ਬਸ ਬਿੱਲ ਜਿਹੜਾ ਉਹ ਜਾ ਰਿਹਾ ਜੀ ਬੈਂਕ ਦੇ ਵਿੱਚੋਂ ਆਟੋਮੈਟਿਕ, ਹਨਾ। ਤੁਸੀਂ ਅੱਜ ਆਪਣਾ ਪਾਣੀ ਦਾ ਬਿੱਲ ਚੁੱਕ ਕੇ ਦੇਖੋ ਤੇ ਉਹਨੂੰ ਕੰਪੇਅਰ ਕਰੋ ਆਪਣੇ 3 ਸਾਲ ਪਹਿਲਾਂ ਦੇ, 2 ਸਾਲ ਪਹਿਲਾਂ ਦੇ ਪਾਣੀ ਦੇ ਬਿੱਲ ਦੇ ਨਾਲ, ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਕੰਨ ਮਰੋੜਿਆ ਗਿਆ। ਤੇ ਉਹ ਢੋਲ ਵੱਜਦਾ ਤੇ ਬਹੁਤ ਉੱਚੀ ਸੁਣ ਜਾਂਦਾ ਵੀ ਮਾਮੂਲੀ ਜੇ ਅੱਜ ਪ੍ਰੋਪਰਟੀ ਟੈਕਸ ਨਹੀਂ ਵਧਾਇਆ, ਉਹ ਢੋਲ ਧਮੱਕਾ ਸੁਣਿਆ ਜਾਂਦਾ ਬਹੁਤ, ਹਨਾ, ਉਹਨਾਂ ਦੇ ਵੱਲੋਂ ਅਸੀਂ ਨਹੀਂ ਵਧਾਇਆ ਜੀ, ਪਰ ਉਹਨੇ ਕਿੱਧਰੋਂ ਕਿੱਧਰੋਂ ਦੀ ਹੋਰ ਕੰਨ ਫੜ ਕੇ ਜਾਣੀ ਤੁਹਾਡੀ ਜੇਬ ਤੇ ਛਾਪਾ ਮਾਰਿਆ। ਇਹ ਤੁਸੀਂ ਹੁਣ ਆਪਣੇ ਜੇ ਬਿੱਲ ਚ ਚੈੱਕ ਕਰੋ ਤੇ ਉਹਨਾਂ ਤੋਂ ਪਤਾ ਲੱਗ ਜਾਂਦਾ ਸਪਸ਼ਟ ਜੀ। ਸੋ ਪ੍ਰੋਪਰਟੀ ਟੈਕਸ ਵਧਣ ਨਾਲੋਂ ਕਿਤੇ ਜ਼ਿਆਦਾ ਜਾਣੀ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਚਾਰਜਸ ਆ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਬਿੱਲ ਦੇ ਵਿੱਚੋਂ, ਉਹਦੇ ਵਿੱਚ ਇਹ ਪਾਣੀ ਦਾ ਮੋਟਾ ਸਰਚਾਰਜ ਸ਼ਾਮਲ ਹੈ, ਤੇ ਹਜੇ ਤੱਕ ਵੀ ਜਾਣੀ ਲੋਕ ਉਹਦੇ ਬਾਰੇ ਬਹੁਤੇ ਅਵੇਅਰ ਨਹੀਂ ਹੈਗੇ। ਸੋ ਕੁੱਲ ਮਿਲਾ ਕੇ ਮੀਡੀਆ ਤੇ ਚਲੋ ਜੀ ਆਪਣਾ ਕੰਮ ਹੀ ਕਰ ਸਕਦਾ, ਮੀਡੀਆ ਦੀ ਆਲੋਚਨਾ ਕਰਨੀ ਸੌਖੀ ਹੈ, ਪਰ ਥੋੜਾ ਜਿਹਾ ਇਹ ਲੱਗਦਾ ਹੁੰਦਾ ਵੀ ਮੀਡੀਆ ਦੇ ਵੱਲੋਂ ਸਭ ਕੁਛ ਕਰਦਿਆਂ ਕਰਾਉਂਦਿਆਂ ਵੀ ਜਾਣੀ ਲੋਕਾਂ ਦੇ ਵਿੱਚ ਢਿੱਲ ਮੱਠ ਕਾਫੀ ਕਈ ਵਾਰੀ ਰਹਿ ਜਾਂਦੀ ਹੈ, ਚਲੋ ਲੋਕ ਬਿਜ਼ੀ ਵੀ ਆ ਜੀ, ਪਰ ਫਿਰ ਬਾਅਦ ਵਿੱਚ ਨਹੀਂ ਇੰਨਾ ਜ਼ਿਆਦਾ ਉੱਚੀ ਸੁਰਾਂ 'ਚ ਕ੍ਰਿਟੀਸਿਜ਼ਮ ਕਰਨ ਦੀ ਲੋੜ ਹੁੰਦੀ ਜਦੋਂ ਸਭ ਕੁਛ ਜਾਣੀ ਪਾਣੀ ਪੁਲ ਥੱਲਿਓ ਲੰਘੇ ਹੀ ਜਾਵੇ। ਸੋ ਹਜੇ ਪਾਣੀ ਪੁਲ ਥੱਲਿਓ ਲੰਘਣਾ ਬਾਕੀ ਹੈ, ਪੀਲ ਰੀਜਨ ਦੇ ਵਿੱਚ, ਮਿਸਿਸਾਗਾ ਦੇ ਵਿੱਚ, ਬ੍ਰੈਂਪਟਨ ਦੇ ਵਿੱਚ, ਕੈਲੇਡਨ ਦੇ ਵਿੱਚ ਵੇਸਟ ਮੈਨੇਜਮੈਂਟ, ਵੇਸਟ ਕਲੈਕਸ਼ਨ ਜਾਂ ਕਹਿ ਲਓ ਵੀ ਗਾਰਬੇਜ ਕੂੜਾ ਜਿਹੜਾ ਐਵਰੀ ਵੀਕ ਚੱਕਿਆ ਜਾਂਦਾ, ਉਹਦੇ ਵਾਸਤੇ ਉਹ ਨਵਾਂ ਪ੍ਰਪੋਜ਼ਡ ਪਲਾਨ ਲੈ ਕੇ ਆ ਰਹੇ ਆ। ਉਹ ਪਲਾਨ ਹੋ ਸਕਦਾ ਵੀ ਜਿਹੜੀਆਂ ਇਸ ਵੇਲੇ 3 ਆਪਸ਼ਨਸ ਰੈਜੀਡੈਂਟਸ ਨੂੰ ਦਿੱਤੀਆਂ ਜਾ ਰਹੀਆਂ, ਉਹਨਾਂ ਦੇ ਵਿੱਚੋਂ ਇੱਕ ਜਾਂ ਆਪਣੀ ਜੋ ਵੀ ਰਾਏ ਹੋਵੇ ਵੀ ਇੱਦਾਂ ਅਸੀਂ ਫਿਊਚਰ ਦੇ ਵਿੱਚ ਚਾਹੁੰਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਜੀ ਜਿੰਨਾ ਕੁ ਸਾਡਾ ਕੂੜਾ ਹੋਵੇ ਓਨੀ ਕੁ ਅਸੀਂ ਫੀਸ ਜਿਹੜੀ ਦੇ ਦਿਆ ਕਰੀਏ, ਇਸ ਕਰਕੇ ਸਾਡੇ ਤੇ ਫੀਸ ਲਾ ਦਿਓ। ਆਪਸ਼ਨ ਤਾਂ ਇਹ ਆ, ਕਿਉਂਕਿ ਵੀ ਬਹੁਤ ਸਾਰਾ ਕੂੜਾ ਕਈ ਜਿਹੜੀਆਂ ਫੈਮਿਲੀ 'ਚ ਕ੍ਰੀਏਟ ਕਰਦੇ ਆ ਵੀ ਪ੍ਰੋਪਰਟੀ ਟੈਕਸ ਉਹਨਾਂ ਦਾ ਵੀ ਓਨਾ ਹੀ ਆ, ਤੇ ਜਿਹੜੇ ਨਹੀਂ ਕੂੜਾ ਕ੍ਰੀਏਟ ਕਰਦੀਆਂ ਫੈਮਿਲੀ 'ਚ ਉਹਨਾਂ ਦਾ ਵੀ ਪ੍ਰੋਪਰਟੀ ਟੈਕਸ ਓਨਾ ਹੀ ਆ। ਪਰ ਇਸ ਹੁਣ ਮੈਨੇਜਮੈਂਟ ਪਲਾਨ ਦੇ ਵਿੱਚ ਇਹ ਜ਼ਿਕਰ ਨਹੀਂ ਹੈਗਾ ਵੀ ਜੇ ਅਸੀਂ ਨਵੀਂ ਫੀ ਤੁਹਾਡੇ 'ਤੇ ਲਾ ਦਿਆਂਗੇ ਤੁਸੀਂ ਘੱਟ ਕੂੜਾ ਪ੍ਰੋਡਿਊਸ ਕਰੋਗੇ ਤੇ ਵੀ ਤੁਹਾਡਾ ਪ੍ਰੋਪਰਟੀ ਟੈਕਸ ਘਟਾ ਦਾਂਗੇ, ਉਹ ਤੇ ਓਡੋ ਗੇਡ ਹੀ ਰਹੂਗਾ। ਸੋ ਜਿਸ ਤਰ੍ਹਾਂ ਅੱਜ ਤੁਸੀਂ ਜੋ ਟੈਕਸ ਪੇ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਕੂੜਾ ਜਿਹੜਾ ਉਹ ਫ੍ਰੀ ਕਲੈਕਟ ਕੀਤਾ ਜਾਂਦਾ, ਉਹਦੇ ਲਈ ਕੋਈ ਐਡੀਸ਼ਨਲ ਫੀ ਨਹੀਂ ਦੇਣੀ ਪੈਂਦੀ। ਸੋ ਇਹ ਜਿਹੜੀ ਫੀਡਬੈਕ ਦੇਣੀ ਆ ਉਹਦੇ ਵਿੱਚ ਆਨਲਾਈਨ ਜਾ ਕੇ
ਜੇ ਕਿਸੇ ਨੂੰ ਲਿੰਕ ਚਾਹੀਦਾ ਹੋਵੇ, ਦੋ ਤਿੰਨ ਵਾਰ ਅੱਗੇ ਭੇਜਿਆ, ਹੋਰ ਵੀ ਭੇਜ ਸਕਦੇ ਹਾਂ। ਤੇ ਵੈਸੇ ਵੀ ਉਹ ਅਪੀਲ ਰੀਜਨ ਦੀ ਵੈਬਸਾਈਟ ਦੇ ਉੱਤੇ ਪਿਆ, ਉੱਥੇ ਜਾ ਕੇ ਦੇਖਿਆ ਜਾ ਸਕਦਾ ਵੀ ਇਹ ਅਸੀਂ ਫੀਸ ਲਗਾਉਣਾ ਚਾਹੁੰਦੇ ਹਾਂ। ਇੱਕ ਤੇ ਇਹ ਆਪਸ਼ਨ ਆ ਜੀ, ਲਾ ਦਿਓ ਜਿੰਨਾ ਕੁ ਸਾਡਾ ਕੂੜਾ ਹੋਊਗਾ ਉਸ ਹਿਸਾਬ ਨਾਲ ਅਸੀਂ, ਜਿਹੜਾ ਸਾਨੂੰ ਬਿੱਲ ਆ ਜਾ ਕਰੂਗਾ ਤੇ ਅਸੀਂ ਪੇ ਕਰ ਜਾ ਕਰਾਂਗੇ, ਤੇ ਨਾਲ ਦੀ ਨਾਲ ਚੁੱਪ ਕਰਕੇ ਅਸੀਂ ਪ੍ਰੋਪਰਟੀ ਟੈਕਸ ਵੀ ਤਾਰੀ ਜਾਵਾਂਗੇ। ਤੇ ਹੈਗੀ ਆ ਆਪਸ਼ਨ ਇਹ, ਹਨਾ। ਦੂਸਰੀ ਆਪਸ਼ਨ ਹੈਗੀ ਆ ਵੀ ਕੋਈ ਚੇਂਜ ਨਾ ਕਰੋ ਜੀ, ਜਿੱਦਾਂ ਹੁਣ ਤੱਕ ਚੱਲ ਰਿਹਾ ਉਦਾਂ ਹੀ ਚਲਾਈ ਜਾਓ। ਉਹ ਤੋਂ ਬਾਅਦ ਚਲੋ ਫਿਰ ਉਹਨਾਂ ਨੇ ਦੇਖਣਾ ਹੋਊਗਾ ਵੀ ਸਾਡੀ ਜਿਹੜੀ ਕੋਸਟ ਇਹ, ਜੇ ਵੇਸਟ ਮੈਨੇਜਮੈਂਟ ਦੀ ਜਾਂ ਇਹ ਗਾਰਬੇਜ ਕਲੈਕਸ਼ਨ ਦੀ ਨਹੀਂ, ਜਿੰਨਾ ਕੁ ਪ੍ਰੋਪਰਟੀ ਟੈਕਸ ਦਿੱਤਾ ਜਾ ਰਿਹਾ ਵਿੱਚ ਪੂਰੀ ਹੋ ਰਹੀ, ਤੇ ਅਸੀਂ ਫਿਰ ਪ੍ਰੋਪਰਟੀ ਟੈਕਸ ਇਨਕਰੀਜ਼ ਕਰ ਲਾਂਗੇ ਕੁਛ ਨਾ ਕੁਛ, ਉਹਦੇ ਬਾਰੇ ਜਾਣੀ ਲੇਟਰ ਉਹਨਾਂ ਨੂੰ ਸੋਚਣਾ ਪਊਗਾ। ਇੱਕ ਆਪਸ਼ਨ ਹੈਗੀ ਆ ਵੀ ਜਾਣੀ ਹਾਈਬ੍ਰਿਡ ਮਾਡਲ ਕਰ ਦਿਓ, ਵੀ ਥੋੜ੍ਹੀ ਜਿਹੀ ਅਸੀਂ ਫੀ ਦੇ ਦਿਆ ਕਰਾਂਗੇ, ਥੋੜ੍ਹਾ ਜਿਹੜਾ ਜੀ ਵੀ ਗਾਰਬੇਜ ਕਲੈਕਸ਼ਨ ਦੇ ਵਿੱਚੋਂ ਤੁਸੀਂ ਉਹ ਪ੍ਰੋਪਰਟੀ ਟੈਕਸ ਦੇ ਵਿੱਚੋਂ ਮੈਨੇਜ ਕਰੀ ਤੁਰੇ ਜਾਣਾ। ਕੁੱਲ ਮਿਲਾ ਕੇ ਜਾਣੀ ਹੁਣ ਤੇ ਅਗਲਾ ਸਾਲ ਇਹ ਇਲੈਕਸ਼ਨ ਤਾਂ ਹੁਣ ਇੱਦਾਂ ਹੀ ਮਿਊਂਸੀਪਲ ਲੰਘ ਜਾਣੀ ਆ, ਰੀਜਨਲ ਵੀ ਇਲੈਕਸ਼ਨ ਨਾਲ ਹੀ ਹੈ, ਉਸ ਤੋਂ ਬਾਅਦ 2024 ਦੇ ਦੌਰਾਨ ਇਹ ਸਭ ਕੁਛ ਪਲਾਨ ਹੋ ਕੇ ਫਾਈਨਲ ਹੋ ਕੇ ਕੌਂਸਲ ਦੇ ਵਿੱਚ ਜਾਊਗਾ, ਜਿਹੜੀ ਨਵੀਂ ਕੌਂਸਲ ਇਲੈਕਟ ਹੋ ਕੇ ਜਾਊਗੀ। ਜਿਸ ਕਰਕੇ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇਹ ਇਸ਼ੂ ਬਣਾ ਸਕਦੇ ਆ, ਜਦੋਂ ਕੈਂਡੀਡੇਟ ਡੋਰ ਟੂ ਡੋਰ ਆਉਣ ਰੀਜਨਲ ਕੌਂਸਲ ਵਾਸਤੇ, ਮੇਅਰ ਦਾ ਕੈਂਡੀਡੇਟ ਵੀ ਜਿਹੜਾ ਹੋਵੇ ਵੀ ਭਾਈ ਜਿਹੜਾ ਰੀਜਨ ਆਫ ਅਪੀਲ ਨੇ ਨਵਾਂ ਇਹ ਆ ਪਲਾਨ ਲੈ ਕੇ ਆਉਂਦਾ, ਇਹਦੇ ਬਾਰੇ ਸਾਨੂੰ ਆਪਣਾ ਵਿਚਾਰ ਦੱਸੋ ਵੀ ਤੁਸੀਂ ਕਿੱਧਰ ਵੋਟ ਪਾਓਗੇ, ਸਾਡੇ ਕੂੜੇ ਤੇ ਫੀਸ ਲਾਓਗੇ, ਸਾਡਾ ਪ੍ਰੋਪਰਟੀ ਟੈਕਸ ਵਧਾਓਗੇ, ਜਾਂ ਕੀ ਇਹਦੇ ਬਾਰੇ ਤੁਹਾਡਾ ਵਿਚਾਰ ਆ। ਤੇ ਫਿਰ ਜਦੋਂ 2025 ਦੇ ਵਿੱਚ ਇਹ ਲੱਗ ਜਾਣਾ, ਉਹਨਾਂ ਨੇ ਕੁਛ ਨਾ ਕੁਛ ਥੋਪ ਦੇਣਾ, ਤੇ ਫਿਰ ਨਾ ਤੁਸੀਂ ਬਾਅਦ ਦੇ ਵਿੱਚ ਜਾਣੀ ਕਹਿਣਾ ਵੀ ਸਾਨੂੰ ਪਤਾ ਨਹੀਂ ਲੱਗਾ। ਸੋ ਇਸ ਕਰਕੇ ਅਸੀਂ ਦੱਸ ਰਹੇ ਹਾਂ, ਲਿੰਕ ਇਹਦਾ ਬਕਾਇਦਾ ਸਾਡੇ ਕੋਲੋਂ ਲਿਆ ਜਾ ਸਕਦਾ, ਆਨਲਾਈਨ ਵੈਸੇ ਵੀ ਹੈਗਾ, ਆਪਣੇ ਰੀਜਨਲ ਕਾਉਂਸਲਰ ਦੇ ਕੋਲੋਂ ਲੈ ਲਓ ਲਿੰਕ, ਆਪਣੇ ਮੇਅਰ ਨਾਲ ਕੰਟੈਕਟ ਕਰ ਲਓ। ਸੋ ਫੀਡਬੈਕ ਜੇ ਤੁਸੀਂ ਹੁਣ ਨਾ ਦਿਓ ਸਭ ਕੁਛ ਸੁਣਦਿਆਂ ਕਰਦਿਆਂ ਵੀ, ਤੇ ਫਿਰ ਤਾਂ ਹੁਣ ਮਤਲਬ ਡੈਮੋਕ੍ਰੈਟਿਕਲੀ ਮਤਲਬ ਕਿਹਾ ਹੀ ਜਾ ਸਕਦਾ ਨਾ ਭੈਣ ਭਰਾਵਾਂ ਨੂੰ, ਤੇ ਕਿਹਾ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ, ਦੇਖਦੇ ਹਾਂ ਹੁਣ ਕਿੰਨੀ ਕੁ ਫੀਡਬੈਕ ਉੱਥੇ ਜਾਂਦੀ ਹੈ। www.peelwasteworkshop.ca ਤੇ ਜਾ ਕੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਆਪਣੇ ਓਪੀਨੀਅਨਸ ਦੇ ਸਕਦੇ ਹੋ। ਦੈਟਸ www.peelwasteworkshop.ca। ਨਹੀਂ ਤਾਂ ਜੀ ਸਾਨੂੰ ਆਫ ਦੀ ਈਅਰ ਦੇ ਵਿੱਚ ਵੀ ਆਪਾਂ ਤੁਹਾਨੂੰ ਲਿੰਕ ਭੇਜ ਦੇਵਾਂਗੇ, ਤੁਸੀਂ ਪਲੀਜ਼, ਇਹ ਤੁਹਾਡਾ ਹੱਕ ਹੈ ਜੀ, ਤੁਹਾਨੂੰ ਸਰਕਾਰ ਕਹਿ ਰਹੀ ਹੈ ਜੀ, ਸਿਟੀ ਕਹਿ ਰਹੀ ਹੈ ਜੀ ਕਿ ਤੁਸੀਂ ਆਪਣੇ ਓਪੀਨੀਅਨਸ ਦਿਓ, ਫਿਰ ਆਪਾਂ ਐਕਸ਼ਨ ਲਵਾਂਗੇ। ਫਿਰ ਕੀ ਹੁੰਦਾ ਕਿ ਬਾਅਦ 'ਚੋਂ ਜੋ ਸਾਰਾ ਕੁਛ ਹੋ ਜਾਂਦਾ ਸਾਨੂੰ ਤਾਂ ਪੁੱਛਿਆ ਹੀ ਨਹੀਂ। ਕਈ ਵਾਰੀ ਵੈਸੇ ਹੁੰਦਾ ਵੀ ਲਿਪਾ ਪੋਚੀ ਵੀ ਹੁੰਦੀ ਆ, ਹਨਾ, ਪੂਰਾ ਨਿਆਣੀ ਜਾਣੀ ਆਪਣਾ ਏਦਾਂ ਰਸਮ ਵੀ ਪੂਰੀ ਕਰਦਾ, ਤੇ ਇਸ ਫੀਡਬੈਕ ਨੂੰ ਉਹ ਬਹੁਤਾ ਕਿਤੇ ਐਡਵਰਟਾਈਜ਼ ਵੀ ਨਹੀਂ ਕਰ ਰਹੇ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਤੇ ਫੀਡਬੈਕ ਮਿਲ ਜਾਵੇ, ਹਨਾ ਜੀ, ਜਾਣ ਵਿੱਚ ਵਿੱਚ ਇਹ ਇੰਡੀਕੇਟ ਕਰੀ ਜਾਂਦੇ ਆ ਸਾਨੂੰ, ਏਦਾਂ ਦੀ ਫੀਡਬੈਕ ਆ ਰਹੀ ਹੈ ਜੀ ਵੀ ਸਾਡਾ ਤਾਂ ਕੂੜਾ ਹੀ ਨਹੀਂ ਹੁੰਦਾ ਤੇ ਤੁਸੀਂ ਨਵੀਂ ਫੀਸ ਲਾ ਦਿਓ, ਹਨਾ। ਸੋ ਕੁੱਲ ਮਿਲਾ ਕੇ ਮੈਂ ਬੇਨਤੀ ਆ ਵੀ ਬਾਅਦ ਦੇ ਵਿੱਚ ਨਾ ਭੈਣ ਭਰਾ ਕਹਿਣ ਵੀ ਐਂ ਹੋ ਗਿਆ ਜੀ ਸਾਨੂੰ ਪਤਾ ਨਹੀਂ ਲੱਗਾ। ਹੁਣ ਸਿਸਟਮ ਚੱਲਦੇ ਦੇ ਵਿੱਚ ਆਪਣੀ ਜਿਹੜੀ ਤੁਹਾਡੀ ਫੀਡਬੈਕ ਹੈ ਉਹ ਮੈਟਰ ਕਰ ਸਕਦੀ ਆ ਜੀ, ਜਿੱਦਾਂ ਦੀ ਫੀਡਬੈਕ ਇਹ ਤੇ ਆਉਂਦਾ ਇਹ ਰੈਕਡ ਰਹਿਣੀ ਆ ਨਾ, ਇਹ ਥੋੜੋ ਜੇ ਉਹਨਾਂ ਨੂੰ ਜ਼ਿਆਦਾ ਫੀਡਬੈਕ ਜਾਊਗੀ ਵੀ ਕੋਈ ਚੇਂਜ ਨਾ ਕਰੋ ਜੀ ਇੱਦਾਂ ਚਲਾਈ ਜਾਓ, ਤੇ ਇਹਦੇ ਬਾਵਜੂਦ ਉਹ ਫੀ ਵਧਾ ਦੇਣ ਤੇ ਆਉਂਦਾ ਰੈਕਡ ਹੋਊਗਾ ਵੀ ਤੁਹਾਨੂੰ ਫੀਡਬੈਕ ਤੇ ਆਹ ਮਿਲੀ ਸੀਗੀ, ਫਿਰ ਤੁਸੀਂ ਹੁਣ ਕਿੱਦਾਂ ਵਧਾਤੀ। ਉਹਨਾਂ ਨੂੰ ਜਾਣੀ ਕਿ ਹੋਰ ਵੇਜ ਆਪਣੇ ਜਿਹੜੇ ਉਹ ਲੱਭਣੇ ਪੈਣਗੇ। ਇਨ ਬਿਟਵੀਨ ਇਲੈਕਸ਼ਨ ਆ, ਕੈਂਡੀਡੇਟਸ ਨੇ ਤੁਹਾਡੇ ਕੋਲ ਡੋਰ ਟੂ ਡੋਰ ਆਉਣਾ, ਮੇਅਰ ਦੇ ਕੈਂਡੀਡੇਟਸ ਨੇ ਵੀ ਆਉਣਾ, ਕੌਂਸਲਰਾਂ ਨੇ, ਰੀਜਨਲ ਕੌਂਸਲ ਨੇ ਸਪੈਸ਼ਲੀ, ਤੇ ਸਾਰਿਆਂ ਨਾਲ ਤੁਸੀਂ ਇਹ ਡਿਸਕਸ ਕਰ ਸਕਦੇ ਹਾਂ ਵੀ ਭਾਈ ਆਹ ਜਿਹੜਾ ਪਲਾਨ ਆ ਇਹਦੇ ਬਾਰੇ ਤੁਹਾਡਾ ਆਪਣਾ ਦੱਸੋ ਵੀ ਕੀ ਓਪੀਨੀਅਨ ਆ, ਕਿਉਂਕਿ ਵੋਟਾਂ ਤੇ ਅਕਸਰ ਜਿਹੜੀ ਨਵੀਂ ਕੌਂਸਲ ਚੋਣ ਹੋਊਗੀ ਉਹਦੇ ਰੀਜਨਲ ਕੌਂਸਲਰਾਂ ਨੇ, ਇਹਨਾਂ ਤਿੰਨਾਂ ਸ਼ਹਿਰਾਂ ਦੇ ਮੇਅਰਾਂ ਨੇ, ਉਹਨਾਂ ਨੇ ਪਾਉਣੀਆਂ ਆ, ਹਨਾ। ਸੋ ਉਹਨਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ, ਐਡੀਸ਼ਨਲ ਟੂਲ ਆ ਇਲੈਕਸ਼ਨ ਵੇਲੇ, ਪਰ ਹੁਣ ਜਾਣੀ ਤੁਸੀਂ ਆਪਣੀ ਵੀ ਓਪੀਨੀਅਨ ਉਹਨਾਂ ਨੂੰ ਦੇ ਸਕਦੇ ਹਾਂ ਜੋ ਵੀ ਚਾਹੁੰਦੇ ਹੋ ਜੀ। ਡੈਮੋਕ੍ਰੇਸੀ ਦੇ ਵਿੱਚ ਇਹ ਆ ਜੀ ਵੀ ਚਲੋ ਉਹ ਅਪਰਚੁਨਿਟੀ ਦਿੰਦੇ ਨੇ ਤੇ ਉਹਦਾ ਫਿਰ ਅਪਰਚੁਨਿਟੀ ਦਾ ਫਾਇਦਾ ਲੈ ਲਿਆ ਜਾਣਾ ਚਾਹੀਦਾ, ਪਰ ਬਾਅਦ ਵਿੱਚ ਨਹੀਂ ਸਾਲੋ ਸਾਲ ਫੇ ਜਾਣੀ ਨੌਕਰੀ ਰਹਿਣਾ ਚਾਹੀਦਾ ਵੀ ਸਾਨੂੰ ਪਤਾ ਨਹੀਂ ਲੱਗਾ। ਕੌਲ ਸਾਹਿਬ, ਦ ਬਿਗੇਸਟ ਫਿਲਮ ਫੈਸਟੀਵਲ ਇਨ ਟੋਰਾਂਟੋ ਆਨ ਜਾ ਰਿਹਾ ਜੀ, ਤੇ ਦ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ, ਇਹ 47th ਟਿਫ ਫਿਲਮ ਫੈਸਟੀਵਲ ਹੋਣ ਜਾ ਰਿਹਾ ਜੋ ਕਿ ਰਿਟਰਨ ਹੋ ਰਿਹਾ ਹੈ ਜੀ ਟੋਰਾਂਟੋ ਦੇ ਵਿੱਚ, ਸਪਟੈਂਬਰ 6 ਤੋਂ ਲੈ ਕੇ ਸਪਟੈਂਬਰ 18 ਤੱਕ 11 ਦਿਨ ਦਾ ਇੰਟਰਨੈਸ਼ਨਲ ਸਿਨੇਮਾ ਭਰਪੂਰ ਡਾਊਨ ਟਾਊਨ ਬਹੁਤ ਟਾਈਮ ਬਾਅਦ ਵਾਪਸ ਆ ਰਿਹਾ ਜੀ। ਬਿਲਕੁਲ ਅਰਸ਼, ਦੇਖੋ ਇਹ ਫਿਲਮ ਪ੍ਰੇਮੀਆਂ ਲਈ, ਫਿਲਮ ਪ੍ਰੋਡਿਊਸਰਸ ਲਈ, ਫਿਲਮੀ ਸਿਤਾਰਿਆਂ ਦੇ ਲਈ ਇਹ ਅੰਤਰਰਾਸ਼ਟਰੀ ਪੱਧਰ ਦਾ ਮੇਲਾ ਪਿਛਲੀ ਅੱਧੀ ਸਦੀ ਤੋਂ ਕਹਿ ਲਓ ਵੀ ਟੋਰੋਂਟੋ ਆ ਰਿਹਾ, ਪਰ ਇਹ ਕੋਵਿਡ ਨੇ 2 ਸਾਲ ਰੁਕਾਵਟ ਪਾ ਕੇ ਰੱਖੀ ਹੈ ਵੀ ਕੋਈ ਉੱਡੇ ਵਧੀਆ ਤਰੀਕੇ ਦੇ ਨਾਲ ਇਹ ਨਹੀਂ ਕਰਵਾਇਆ ਜਾ ਸਕਿਆ, ਜਿੱਦਾਂ ਬਾਕੀ ਸਭ ਕੁਝ ਨਹੀਂ ਹੋ ਸਕਿਆ, ਪਰ ਹੁਣ ਆ ਜੀ ਵੀ ਇਹਦੀਆਂ ਡੇਟਸ ਜਿਹੜੀਆਂ ਅਨਾਊਂਸ ਹੋਈਆਂ ਹੋਈਆਂ ਟੋਰੋਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀਆਂ, ਜਿਹੜਾ ਕਿ ਜਿਸ ਤਰ੍ਹਾਂ ਦੱਸਿਆ 47ਵਾਂ ਇਸ ਵਾਰ ਇਹ ਹੋਏਗਾ।
8 सितंबर नूं इह शुरू हो जाणा। सो सितंबर दे विच ही इह ट्रेडिशनली हुंदा है ते फिर 11 दिन लगातार 18 सितंबर तक जिहड़ा जी पी इह कैनेडियन सिनेमा ते इंटरनेशनल सिनेमा ਉਹਦਾ ਕਹਿ ਲਓ ਜੀ ਵੀ ਉੱਥੇ ਪ੍ਰੈਜੈਂਸ ਬਣੀ ਰਹੇਗੀ। ਟੋਰਾਂਟੋ ਡਾਊਨ ਟਾਊਨ ਏਰੀਆ ਦੇ ਸਿਨੇਮਾ ਹਾਲਸ ਦੇ ਵਿੱਚ ਇਹਦੀਆਂ ਜਿਹੜੀਆਂ ਫਿਲਮ ਹੁੰਦੀਆਂ ਟਿਫ ਦੇ ਵਿੱਚ ਸਿਲੈਕਟ ਹੁੰਦੀਆਂ ਉਹਨਾਂ ਦੀ ਜਾਣੀ ਕਿ ਸਕਰੀਨਿੰਗ ਕੀਤੀ ਜਾਂਦੀ ਆ। ਸੋ ਉਸ ਲਿਹਾਜ਼ ਨਾਲ ਵੱਡੀ ਤਾਦਾਦ ਦੇ ਵਿੱਚ ਉੱਥੇ ਹਾਲੀਵੁੱਡ ਦੇ ਬਾਲੀਵੁੱਡ ਦੇ ਪਹਿਲਾਂ ਵਿੱਚ ਲੋਕ ਜ਼ਿਆਦਾ ਆਉਂਦੇ ਸੀ, ਹੁਣ ਕੁਛ ਘਟੇ ਨੇ। ਪਰ ਇਹਦੇ ਨਾਲ ਹੀ ਲੇਕਿਨ ਕਿਤੇ ਇੰਟਰਨੈਸ਼ਨਲੀ ਦੂਸਰਾ ਸਭ ਤੋਂ ਵੱਡਾ ਫਿਲਮ ਮੇਲਾ ਜਿਹੜਾ ਜੀ ਇਸ ਧਰਤੀ ਤੇ ਸਮਝਿਆ ਜਾਂਦਾ ਸਭ ਤੋਂ ਵੱਡਾ ਫਿਲਮ ਮੇਲਾ ਜੀ ਵੀ ਕਾਨਸ ਫਰਾਂਸ ਦੇ ਵਿੱਚ ਲੱਗਦਾ। ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਗਹਿਮਾ ਗਹਿਮੀ ਹੁੰਦੀ ਹੈ, ਪਰ ਉਹ ਲੱਗ ਜਾਂਦਾ ਜੀ ਮਈ ਦੇ ਵਿੱਚ ਹਰ ਸਾਲ। ਸੋ ਸਤੰਬਰ ਦੇ ਵਿੱਚ ਇਹ ਜਿਹੜੀ ਵਾਰੀ ਟੋਰੋਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਹੁੰਦੀ ਹੈ, ਜੋ ਕਿ ਇਸ ਵਾਰ 8 ਸਤੰਬਰ ਨੂੰ ਸ਼ੁਰੂ ਹੋਣਾ ਜੀ। ਜੋ ਸਾਹਿਬ ਐਪਲੀਕੇਸ਼ਨਸ ਸੋ ਐਪਲੀਕੈਂਟ ਸੌਰੀ ਜਿਨ੍ਹਾਂ ਨੇ ਵੀਜ਼ਾ ਲਵਾਉਣਾ ਜੀ ਇੰਡੀਅਨ ਟੂਰਿਸਟ ਵੀਜ਼ਾ ਅਗੇਨ ਜੋ 30 ਦਿਨ ਦੇ ਵਾਸਤੇ ਜਿਹੜੀ ਵੈਲਿਡਿਟੀ ਆ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਤੁਹਾਨੂੰ ਫੀ ਦੇਣੀ ਪਵੇਗੀ। ਕਦੋਂ ਤੋਂ ਸਟਾਰਟ ਹੋ ਰਿਹਾ ਜੀ ਅਤੇ ਕੌਂਸਲ ਜਨਰਲ ਆਫ ਇੰਡੀਆ ਜੋ ਟੋਰਾਂਟੋ ਹੈ ਉਹ ਵੀ ਇੱਕ ਹੋਰ ਕੈਂਪ ਲੈ ਕੇ ਆ ਰਹੀ ਹੈ ਇਸ ਸੰਦਰਭ ਦੇ ਵਿੱਚ? ਹਾਂਜੀ, ਇਹ ਵੈਸੇ ਕੈਂਪ ਵੀ ਹੈ, ਓਪਨ ਹਾਊਸ ਵੀ ਹੈ। ਇਹਦੇ ਬਾਰੇ ਆਪਾਂ ਰਾਤੀ ਵੀ ਡਿਸਕਸ ਕੀਤਾ ਸੀਗਾ ਡਿਟੇਲ ਦੇ ਵਿੱਚ ਕਿ ਵੀ ਕੈਂਪ ਆ ਜਿਹੜਾ ਜੀ ਵੀ ਉਹ ਤਾਂ 23 ਅਪ੍ਰੈਲ ਨੂੰ ਲੱਗਣਾ ਅਤੇ ਇਸ ਵਾਰ ਕਿਸੇ ਉਹ ਗੁਰਦੁਆਰਾ ਜਾਂ ਮੰਦਿਰ ਦੇ ਵਿੱਚ ਨਹੀਂ, ਸਗੋਂ ਵੀ ਪਬਲਿਕ ਪਲੇਸ ਜੋ ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ ਆ, ਇਹ ਸਾਰਿਆਂ ਨੂੰ ਪਤਾ ਵਿਲੀਅਮਸ ਪਾਰਕਵੇ ਤੇ ਹੈ, 1295 ਨੰਬਰ ਤੇ ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ। ਉਸ ਦੇ ਵਿੱਚ ਇਹ 23 ਅਪ੍ਰੈਲ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਕੈਂਪ ਲੱਗਣਾ ਤੇ ਆਮ ਕੈਂਪਸ ਦੇ ਵਿੱਚ ਜੋ ਅੱਗੇ ਹੁੰਦਾ ਕਿਉਂਕਿ ਇਸ ਸਾਲ 'ਚ 2 ਲੱਗ ਚੁੱਕੇ ਆ ਵੀ ਉਸੇ ਤਰ੍ਹਾਂ ਦਾ ਹੋਏਗਾ ਤੇ ਇਸ ਵਾਰ ਸ਼ਾਇਦ ਜਿਹੜਾ ਧਿਆਨ ਜ਼ਿਆਦਾ ਆ ਉਹ OCI ਦੇ ਇਸ਼ੂਜ਼ ਵੱਲ ਦਿੱਤਾ ਜਾਊਗਾ ਕਿਉਂਕਿ ਇਸ OCI ਦੀ ਡਿਮਾਂਡ ਤੇ ਕਦਰ ਹੁਣ ਕਾਫੀ ਵਧੀ ਹੋਈ ਹੈ, ਜਿਹੜੀ ਕਿ ਪਹਿਲਾਂ ਫੋਰ ਅਨਨੋਨ ਰੀਜ਼ਨ ਕਰਕੇ ਲੋਕਾਂ ਨੇ ਇਹਨੂੰ ਇਗਨੋਰ ਕੀਤਾ ਹੋਇਆ ਸੀਗਾ, ਅੱਖੋਂ ਪਰੋਖੇ ਕੀਤਾ ਹੋਇਆ ਸੀਗਾ, ਵੀਜ਼ੇ ਨੂੰ ਗਲੀਏ ਲਾਇਆ ਗਿਆ ਸੀ ਤੇ ਹੁਣ ਵੀਜ਼ੇ ਨੂੰ ਗਲੋਂ ਲਾਉਣਾ ਪੈ ਰਿਹਾ ਤੇ OCI ਨੂੰ ਜਿਹੜਾ ਜੀ ਵੀ ਗਲਵਕੜੀ ਪਾਉਣੀ ਪੈ ਰਹੀ ਹੈ। ਤੇ ਇਸ ਦੇ ਬਾਰੇ 'ਚ ਜੀ ਵੀ ਕੈਂਪ ਦੇ ਵਿੱਚ ਵੀ ਜਿਹੜੀ ਗੱਲਬਾਤ ਉਹ ਹੋ ਸਕਦੀ ਆ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਟੈਕਨੀਕਲ ਹੋਵੇ, ਸੋ ਆਮ ਕੁਐਰੀਜ਼ ਜਿਹੜੀਆਂ ਜੀ ਵੀ ਉਹਨਾਂ ਦੇ ਜਵਾਬ ਵੀ ਦਿੱਤੇ ਜਾ ਸਕਦੇ ਆ। ਪਰ ਦੂਸਰਾ ਇਹ ਜਿਹੇ ਕੁੱਲ ਮਿਲਾ ਕੇ ਜਿਹੜਾ ਓਪਨ ਹਾਊਸ ਹੁੰਦਾ ਉਹ ਵੀ ਜਾਣੀ ਕਿ ਸਪੈਸ਼ਲ ਕਿਸੇ ਦਾ ਕੋਈ ਕੇਸ ਹੋਵੇ ਜੇ ਅੜਿਆ ਹੋਵੇ ਨਾ ਉਹ ਸਿਰੇ ਚੜ੍ਹ ਰਿਹਾ ਹੋਵੇ ਉਹ ਡਿਸਕਸ ਕਰਨਾ ਹੋਵੇ ਉੱਥੇ ਜਾ ਕੇ ਕੌਂਸਲੇਟ ਦੇ ਵਿੱਚ, ਉਹਦੇ ਵਾਸਤੇ ਜਿਹੜਾ ਜੀ ਅੱਜ ਤੋਂ ਓਪਨ ਹਾਊਸ ਸ਼ੁਰੂ ਹੋ ਗਿਆ ਜਿਹੜਾ ਕਿ ਹਰੇਕ ਬੁੱਧਵਾਰ ਨੂੰ ਹੋਇਆ ਕਰੂਗਾ ਆਫਟਰਨੂਨ ਨੂੰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਉਸ ਸਮੇਂ ਦੇ ਲਈ। ਲੇਕਿਨ ਕਿ ਵੀ ਹਜੇ ਜਿਹੜੀ ਅਪੁਆਇੰਟਮੈਂਟ ਵਾਕਿੰਗ ਨਹੀਂ ਹੈਗਾ ਉਹ ਆਪਣੀ ਬਣਾ ਕੇ ਰਜਿਸਟਰ ਕਰਵਾ ਕੇ ਮਤਲਬ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਤੇ ਫਿਰ ਜਿਸ ਵੇਲੇ ਉਹ ਭੇਜਣਾ ਅਪੁਆਇੰਟਮੈਂਟ ਤੇ ਫਿਰ ਜਾਣਾ ਜ਼ਰੂਰੀ ਹੁੰਦਾ, ਉਸ ਪ੍ਰੋਸੈਸ ਦਾ ਤਾਂ ਹੁਣ ਤੱਕ ਲੋਕਾਂ ਨੂੰ ਪਤਾ ਲੱਗੇ ਗਿਆ। ਦੂਸਰਾ ਜਿਹੜੀ ਤੁਸੀਂ ਇਹ ਵੀਜ਼ਾ ਫੀ ਦੀ ਗੱਲ ਕਰਦੇ ਹਾਂ ਵੀ ਹੁਣ ਤੱਕ ਜਿਹੜਾ ਜੀ ਵੀ ਇਹ ਇੰਡੀਆ ਦਾ ਟੂਰਿਸਟ ਵੀਜ਼ਾ ਸੀਗਾ, ਲੋਕ ਜਿਹੜੇ 30 ਦਿਨਾਂ ਲਈ ਲੈਂਦੇ ਸੀ ਉਹਦੀ ਕੋਈ ਬਹੁਤੀ ਵੱਡੀ ਫਾਰਮੈਲਿਟੀ ਨਹੀਂ ਸੀਗੀ ਕਿਉਂਕਿ ਐਂਟਰੀ ਵੀਜ਼ਾ ਅਪਲਾਈ ਕੀਤਾ ਜਾਵੇ ਤੇ ਉਹਦੇ ਵਾਸਤੇ ਡਾਕੂਮੈਂਟੇਸ਼ਨ ਜਿਹੜੀ ਹੈ ਜੀ ਵੀ ਉਹ ਜ਼ਿਆਦਾ ਲਈ ਜਾਂਦੀ ਆਮ ਤੌਰ 'ਤੇ ਕਿਉਂਕਿ ਉਹ ਭਾਰਤੀ ਮੂਲ ਦੇ ਹੀ ਫੋਰਨ ਸਿਟੀਜ਼ਨਸ ਨੂੰ ਦਿੱਤਾ ਜਾਂਦਾ ਐਂਟਰੀ ਵੀਜ਼ਾ ਤੇ ਟੂਰਿਸਟ ਵੀਜ਼ਾ ਜੀ ਪੀ ਇਹਦੇ ਵਾਸਤੇ ਫੀਸ ਨਹੀਂ ਸੀ, ਹੁਣ ਇਹ ਕੋਵਿਡ ਦੇ ਦੌਰਾਨ ਲਈ ਜਾਂਦੀ ਇਹ ਮੁਫਤ ਦਿੱਤਾ ਜਾਂਦਾ ਸੀਗਾ ਜੀ। ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੀ BIS ਦੀ ਫੀਸ ਆਪਣਾ ਹੈ ਤੇ ਨਾਲ ਕੋਰੀਅਰ ਦੀ ਜੇ ਫੀ ਹੈ ਵੀ ਉਹ ਆਪਟ ਕੀਤਾ ਗਿਆ ਵੀ ਅਸੀਂ ਪਿਕਅਪ ਨਹੀਂ ਕਰਾਂਗੇ ਤੇ ਕੋਰੀਅਰ ਦੀ ਫੀ ਲਈ ਜਾਂਦੀ ਸੀਗੀ, ਪਰ ਜਿਹੜੀ ਵੀਜ਼ਾ ਫੀ ਇੰਡੀਅਨ ਗਵਰਨਮੈਂਟ ਨੇ ਉਹ ਵੇਵ ਕੀਤੀ ਹੋਈ ਸੀਗੀ, ਪਰ ਹੁਣ ਉਹ ਕਹਿ ਰਹੇ ਜੀ ਵੀ ਵੇਵ ਕਰਨ ਦਾ ਸਮਾਂ ਲੰਘ ਗਿਆ, ਸਭ ਕੁਛ ਆਮ ਜਿਸ ਤਰ੍ਹਾਂ ਹੁਣ ਨੋਰਮਲ ਹੋ ਰਿਹਾ, ਉਹਦੇ ਵਿੱਚ ਫਿਰ ਇੰਡੀਆ ਦਾ ਟੂਰਿਸਟ ਵੀਜ਼ਾ ਵੀ ਜਿਹੜਾ ਉਹਦੀ ਫੀ ਵੀ ਆਮ ਜਿਹੜੀ ਆ ਉਹ ਦੁਬਾਰਾ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। 905-813-9053-13320 ਸਾਡੇ ਸਟੂਡੀਓ ਦਾ ਨੰਬਰ ਨੇ, ਕੁਛ ਚੰਦ ਮਿੰਟ ਨੇ ਸਾਡੇ ਕੋਲ। ਜੋਲ ਸਾਹਿਬ, ਅੱਜ ਇਸ ਦਾ 89th ਡੇ ਆਫ 2022, ਟੋਰਾਂਟੋ ਨੇ ਬਹੁਤ ਕੁਛ ਇਸ ਵੇਲੇ ਦੇਖ ਚੁੱਕੇ ਨੇ, ਜਿਸ ਦੇ ਵਿੱਚ 17 ਮਰਡਰ, 8 ਜਿਹੜੇ ਹੈ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਹੀ ਮਾਰੇ ਗਏ ਜੀ। ਇਹ ਦੇਖੋ ਵੀ ਹਰ ਸਾਲ ਜਿਹੜਾ ਇਹ ਵਾਇਲੈਂਸ, ਕਤਲੋ ਗਾਰਤ, ਸ਼ੂਟਿੰਗਸ, ਸਟੈਬਿੰਗਸ, ਕੁੱਟਕੁਟਾਪੇ ਜਾਰੀ ਰਹਿੰਦੇ ਆ ਘਰਾਂ ਦੇ ਅੰਦਰ ਵੀ ਤੇ ਘਰਾਂ ਦੇ ਬਾਹਰ ਗਲੀਆਂ ਸੜਕਾਂ ਤੇ ਵੀ। ਘਰਾਂ ਦੇ ਅੰਦਰ ਮਤਲਬ ਕਿੰਨੇ ਕੁੱਟਕੁਟਾਪੇ ਹੁੰਦੇ ਆ, ਉਹ 911 ਦਾ ਰਿਕਾਰਡ ਕਢਾ ਕੇ ਦੇਖ ਲਓ, ਅਪੀਲ ਪੁਲਿਸ ਵਾਲਿਆਂ ਨੂੰ ਪੁੱਛ ਕੇ ਦੇਖ ਲਓ, ਕਿਸੇ ਵੀ ਪੁਲਿਸ ਨੂੰ ਇੱਥੇ ਆਲੇ ਦੁਆਲੇ 'ਚ ਪੁੱਛ ਲਓ ਵੀ ਘਰਾਂ 'ਚ ਕੁੱਟਕੁਟਾਪੇ ਕਿੰਨੇ ਕੁ ਹੁੰਦੇ ਜੀ। ਕਿਉਂਕਿ ਘਰ ਦੇਖਣ ਨੂੰ ਤੇ ਬਾਹਰੋਂ ਬੜੇ ਖੂਬਸੂਰਤ ਲੱਗਦੇ ਆ, ਪਰ ਅੰਦਰ ਰਹਿ ਰਹੇ ਲੋਕਾਂ ਦੇ ਆਪੋ ਆਪਣੇ ਕਲੇਸ਼ਾਂ ਦੇ ਕਰਕੇ ਕਿੱਦਾਂ ਹਿਰਦੇ ਜਿਹੜੇ ਆ ਉਹ ਤਪਦੇ ਤੇ ਰੜਦੇ ਹੋ ਸਕਦੇ ਆ, ਉਹ ਫੇ
911 ਦੇ ਰੈਕਰਡ ਤੋਂ ਜਾਂ ਪੁਲਿਸ ਦੀਆਂ ਰਿਪੋਰਟਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਕਲਪਨਾ ਜਿਹੜੀ ਆ ਉਹ ਤੋਂ ਅੰਦਰੀ ਚੱਲ ਰਹੀ ਹੁੰਦੀ ਆ ਜੀ। ਸੋ ਇਸ ਤਰ੍ਹਾਂ ਹੀ ਆ ਜੀ ਵੀ ਇਹ ਕਲਪਨਾ ਦਾ ਹੀ ਨਤੀਜਾ ਵੀ ਦੇਖੋ ਆ ਜਿਹੜਾ ਰੀਸੈਂਟ ਮਰਡਰ ਹੋਣਾ ਇੱਕ ਵੂਮੈਨ ਔਰ ਜੀ 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 ਉਹਦੀ ਬੋਡੀ ਜਿਹੜੀ ਕੱਟ ਵੱਢ ਕੇ ਮਤਲਬ ਟੁਕੜੇ ਕਰਕੇ ਲਾਸ਼ ਦੇ ਹਨਾ ਤੇ ਕੂੜੇ ਵਾਲੇ ਬੈਗ ਦੇ ਵਿੱਚ ਉਹ ਪਾ ਕੇ ਸੁੱਟ ਗਿਆ ਕੋਈ, ਹਾਂਜੀ ਉਹ ਅਜੇ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਸਭ ਕੁਝ ਕਿੱਦਾਂ ਵਾਪਰਿਆ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜੀ ਆਪਣੇ ਆਪ ਦੇ ਵਿੱਚ ਆਪਾਂ ਦੁਨੀਆਂ ਦਾ ਨੰਬਰ 1 ਦੇਸ਼ ਵੀ ਹਾਂ ਪਰ ਦੂਸਰੇ ਪਾਸੇ ਆ ਜੀ ਵੀ ਹਰ ਤਰ੍ਹਾਂ ਦਾ ਪ੍ਰਾਣੀ ਹਰ ਜਗ੍ਹਾ ਤੇ ਪੈਦਾ ਕਰਕੇ ਜੀ ਵੀ ਕੁਦਰਤ ਨੇ ਜਹਾਨ ਦੇ ਵਿੱਚ ਛੱਡ ਦਿੱਤੇ ਨੇ। ਅਨੁਪਾਤ ਵੱਧ ਘੱਟ ਹੋ ਸਕਦਾ ਚੰਗਿਆਂ ਦਾ ਚੰਗੀਆਂ ਦਾ ਬੁਰਿਆਂ ਦਾ ਬੁਰੀਆਂ ਦਾ, ਪਰ ਇਹ ਮੌਜੂਦ ਸਾਰੀ ਧਰਤੀ ਤੇ ਏਦਾਂ ਨੇ ਕਿਉਂਕਿ ਸਾਰੀ ਧਰਤੀ ਅਸੀਂ ਦੇਖ ਲਈ ਆ ਗਾਹ ਲਈ ਆ ਤੇ ਕਿਤੇ ਨੀ ਕੋਈ ਦੇਸ਼ ਦਾ ਟੁਕੜਾ ਲੱਭਾ ਵੀ ਜਿੱਥੇ ਮੇਰੇ ਚੰਗੇ ਲੋਕ ਹੀ ਹੋਣ ਵੀ ਨੀ ਲੱਭਾ ਵੀ ਜਿੱਥੇ ਮੇਰੇ ਬੁਰੇ ਲੋਕ ਹੀ ਹੋਣ। ਜਿੱਥੇ ਅਨੁਪਾਤ ਜਿਹੜਿਆਂ ਦਾ ਜ਼ਿਆਦਾ ਆ ਉੱਥੇ ਸਵਰਗ ਲੱਗਦਾ, ਜਿੱਥੇ ਅਨੁਪਾਤ ਜਿਹੜਿਆਂ ਜਿਹੜੀਆਂ ਦਾ ਜਾਣੀ ਵੱਧ ਬੁਰੇ ਤੇ ਬੁਰੀਆਂ ਦਾ ਉੱਥੇ ਨਰਕ ਲੱਗਦਾ, ਉੱਥੋਂ ਲੋਕ ਭੱਜਣ ਨੂੰ ਕਾਹਲੇ ਨੇ ਜੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਹੁਣ ਸਾਡੇ ਇੱਥੇ ਟੋਰਾਂਟੋ ਸਿਟੀ ਦੇ ਵਿੱਚ 17 ਕਤਲ ਹੁਣ ਤੱਕ ਇਸ ਔਰਤ ਦੇ ਸਮੇਤ ਹੋ ਚੁੱਕੇ ਆ। ਇੱਦਾਂ ਹੀ ਇੱਥੇ ਬ੍ਰੈਂਪਟਨ ਤੇ ਮਿਸਿਸਾਗਾ ਦੇ ਵਿੱਚ ਪੀਪੀ ਪੁਲਿਸ ਆ ਜੀ ਹੁਣ ਤੱਕ 8 ਕਤਲ ਜਿਹੜੇ ਆ ਜੀ ਉਹ ਰਿਪੋਰਟ ਕਰ ਚੁੱਕੇ ਨੇ। ਬਾਕੀ ਦੇ ਹੁਣ ਦੇਖ ਲਓ ਕਿ ਅੱਜ 99ਵਾਂ ਦਿਨ ਹੈਗਾ 89th ਡੇ ਆਫ 2022 ਆਉਣ ਵਾਲੇ ਬਾਕੀ ਦਿਨ ਜਿਹੜੇ ਬੱਚੇ ਆ ਕੋਲੋਂ ਗੁਰੂ ਮਹਾਰਾਜ ਕਿਰਪਾ ਕਰਨ ਪੀ ਸੁੱਖੀ ਸਾਂਦੀ ਲੰਘ ਜਾਣ। ਬਾਕੀ ਨਵੇਂ ਸਾਲ ਦੇ ਜਸ਼ਨ ਤੇ ਹੁਣ ਕਿਹਨੂੰ ਯਾਦ ਹੋਣੇ ਆ ਵੀ ਅਜੇ ਅੱਜ 3 ਕੁ ਮਹੀਨੇ ਹੀ ਪੂਰੇ ਹੋਣ ਲੱਗੇ ਆ, ਪਰ ਪੁਰਾਣੇ ਸਾਲ ਦੇ ਵਾਂਗ ਨਵਾਂ ਸਾਲ ਵੀ ਲੰਘਣਾ ਹੁਣ ਲੱਗਦਾ ਕਿ ਰਵਾਂ ਹੋ ਚੁੱਕਾ ਜੀ। ਬਹੁਤ ਦੁੱਖ ਲੱਗਦਾ ਜਦੋਂ ਇੱਦਾਂ ਦੀ ਖਬਰਾਂ ਸਾਹਮਣੇ ਆਉਂਦੀਆਂ ਨੇ, ਐਂਡ ਪੁਲਿਸ ਬੇਨਤੀ ਕਰ ਰਹੀ ਹੈ ਜੀ ਕਿ ਇਸ ਲੇਡੀ ਨੂੰ ਆਇਡੈਂਟੀਫਾਈ ਕੀਤਾ ਜਾਵੇ, ਐਂਡ ਅਗਰ ਤੁਹਾਨੂੰ ਕੋਈ ਵੀ ਇਸ ਦੇ ਬਾਰੇ ਖਬਰ ਹੋਵੇ ਤਾਂ ਤੁਸੀਂ ਕ੍ਰਾਈਮ ਸਟੋਪਰਸ ਅਤੇ ਪੀਲ ਪੁਲਿਸ ਨੂੰ ਜਾਂ ਰੀਜਨਲ ਪੁਲਿਸ ਨੂੰ ਐਨੀ ਜੋ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਨੂੰ ਕੰਟੈਕਟ ਕਰਕੇ ਅਗਰ ਮਦਦ ਕਰ ਸਕਦੇ ਤਾਂ ਪਲੀਜ਼ ਇਸ ਜ਼ਰੂਰ ਮਦਦ ਕਰਨਾ, ਬਿਕਾਜ਼ ਇਹ ਬਹੁਤ ਗਰੂਸਮ ਬਹੁਤ ਹੀ ਘਟਨਾਉਣੀ ਹਰਕਤ ਹੋਈ ਹੈ, ਐਂਡ ਬਹੁਤ ਦੁੱਖ ਲੱਗਦਾ ਜੋਲ ਸਾਹਿਬ ਇੱਦਾਂ ਦੀ ਖਬਰਾਂ ਸੁਣ ਕੇ ਜੀ। ਸਰ ਵੀ ਦੇਖੋ ਹੁਣ ਦੇਖੋ ਆਪਾਂ ਕਹਿੰਦੇ 84 ਲੱਖ ਜੂਨਾਂ ਆ ਜੀ, ਹੁਣ 84 ਲੱਖ ਜੂਨਾਂ ਤੋਂ ਬਾਅਦ ਏਦਾਂ ਤਾਂ ਕੋਈ ਜਾਨਵਰੀ ਜੂਨਾਂ ਕੁਛ ਹੋਣਗੀਆਂ ਜਿਹਨਾਂ ਦੇ ਵਿੱਚ ਇੰਨੀ ਵਾਇਲੈਂਸ ਹੋਵੇ, ਨਹੀਂ ਤੇ ਜਾਨਵਰੀ ਜੂਨਾਂ ਚ ਵੀ ਇਹ ਹਸ਼ਰ ਨਹੀਂ ਦੇਖਿਆ ਗਿਆ ਇੱਕ ਦੂਜੇ ਦਾ ਲੋਕ ਕਰਦੇ ਹੋਣ ਜੀ, ਕਿਉਂਕਿ ਆਮ ਤੌਰ ਤੇ ਪੁਲਿਸ ਕੰਕਲੂਡ ਕਰਦੀ ਹੁੰਦੀ ਆ ਇਹੋ ਜਿਹੇ ਕੇਸਿਸ ਦੇ ਵਿੱਚ ਵੀ ਜਾਣਨ ਵਾਲੇ ਲੋਕ ਹੀ ਹੁੰਦੇ ਆ ਤੁਹਾਨੂੰ, ਹਨਾ ਕਿਤੇ ਜਾਣੀ ਇਹਦੇ ਵਿੱਚ ਇਹ ਜੀ ਗੱਲ ਹੁੰਦੀ ਆ ਵੀ ਆਈ ਲਵ ਯੂ ਬਹੁਤ ਤੇਜ਼ੀ ਨਾਲ ਹੋ ਗਿਆ, ਮਾੜੀ ਜੀ ਗੱਲ ਹੋਈ ਨਹੀਂ ਤੇ ਫਿਰ ਆਪਾਂ ਆਪਣੇ ਹੰਕਾਰ ਦੇ ਕਲਗੇ ਇੰਨੇ ਉੱਚੇ ਆ ਜਿਹਨਾਂ ਅੜੀਆਂ, ਫਿਰ ਆਈ ਹੇਟ ਯੂ ਵੀ ਵੱਟਦਾ ਹੀ ਪਿਆ। ਸੋ ਇਹ ਆਈ ਹੇਟ ਯੂ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਨਿਕਲਿਆ ਹੁੰਦਾ ਵੀ ਜਿਹਨੂੰ ਤੁਸੀਂ ਆਈ ਲਵ ਯੂ ਕਹਿੰਦੇ ਆ ਉਹਦੀ ਬੋਡੀ ਦੇ ਟੁਕੜੇ ਕਰਕੇ ਸੁੱਟ ਜਾਂਦੇ ਆ, ਏਦਾਂ ਮਤਲਬ ਘਟਨਾਵਾਂ ਆਮ ਵਾਪਰਦੀਆਂ ਹਨਾ ਜੀ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਇੱਕ ਪਾਸੇ 84 ਲੱਖ ਜੂਨਾ ਆ, ਇੱਕ ਪਾਸੇ ਕਹਿੰਦੇ ਵੀ ਸਾਨੂੰ ਜਵਾਨ ਮਿਲੀ ਆ, ਇੱਕ ਪਾਸੇ ਅਸੀਂ ਕਹਿੰਦੇ ਵੀ ਸਾਡਾ ਦਿਮਾਗ ਬਹੁਤ ਤੇਜ਼ ਆ, ਇੱਕ ਪਾਸੇ ਅਸੀਂ ਦਾਅਵਾ ਕਰਦੇ ਵੀ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਸਰਵੋਤਮ ਆ, ਤੇ ਹਰ ਪ੍ਰਾਣੀ ਦਾ ਇਹ ਦਾਅਵਾ ਹੁੰਦਾ ਵੀ ਮੇਰੇ ਵਰਗਾ ਤੇ ਇਸ ਧਰਤੀ ਤੇ ਹੋਰ ਕੋਈ ਜੰਮਿਆ ਹੀ ਨਹੀਂ, ਮੇਰੇ ਵਰਗੀ ਤਾਂ ਹੋਰ ਕੋਈ ਪੈਦਾ ਹੀ ਨਹੀਂ ਹੋਈ ਆ, ਮੈਂ ਹੀ ਆ ਜੋ ਕੁਛ ਆ। ਅੱਛਾ ਉਹ ਮੈਂ ਦੇ ਵਿੱਚੋਂ ਫਿਰ ਇਹ ਚੀਜ਼ਾਂ ਵਾਇਲੈਂਸ ਨਿਕਲਦੀ ਆ ਨਾ, ਸੋ ਤਦ ਕਰਕੇ ਇਹ ਆ ਵੀ ਜਦੋਂ ਜਦੋਂ ਅਸੀਂ ਦੂਸਰੇ ਲੋਕਾਂ ਨੂੰ ਆਪਣੇ ਨਾਲੋਂ ਵੱਧ ਮਹੱਤਵ ਦੇਵਾਂਗੇ ਸਾਡੇ ਵਿੱਚ ਵਾਇਲੈਂਸ ਘਟੂਗੀ, ਸਾਡੇ ਵਿੱਚ ਨਿਮਰਤਾ ਵਧੂਗੀ, ਤੇ ਜਦੋਂ ਜਦੋਂ ਅਸੀਂ ਮੈਂ ਨੂੰ ਆਪਣੇ ਆਪ ਨੂੰ ਅੱਗੇ ਰੱਖਦੇ ਤੁਰੇ ਜਾਵਾਂਗੇ ਹਨਾ ਜੀ, ਤਦੋਂ ਤਦੋਂ ਜਾਣੀ ਹੰਕਾਰ ਸਾਡੇ ਵਿੱਚ ਹਉਮੈ ਜਿਹੜੀ ਆ ਉਹ ਜ਼ੇਦ ਤੇ ਅੜੀ ਜਿਹੜੀ ਆ ਉਹ ਵਧੂਗੀ। ਸਕੂਲੀ ਪੜ੍ਹਾਈਆਂ ਕਿੰਨੀਆਂ ਵਧੀਆ ਹੋਈਆਂ, ਪੁਰਾਣੇ ਸਮੇਂ 'ਚ ਆਪਾਂ ਗੱਲ ਕਰਦੇ ਉਹਨਾਂ ਦੀ ਕੋਈ ਪੜ੍ਹਾਈ ਨਹੀਂ ਸੀਗੀ ਤੇ ਬੜਾ ਵਧੀਆ ਸੀਗਾ, ਲੇਕਿਨ ਸੰਸਾਰ ਅੱਜ ਦੇ ਮੁਕਾਬਲੇ ਜੀ ਜੀ ਪੁਰਾਣੇ ਸਮਿਆਂ ਦੇ ਵਿੱਚ ਮਤਲਬ ਇਹ ਵਿਆਹ ਸ਼ਾਦੀਆਂ ਦੇ ਵਿੱਚ ਵਿਚੋਲ ਗੁਰੀਆਂ ਦੱਸ ਪੁੱਛ ਕੇ ਜਾਣੀ ਕਰਤਾ ਜਾਂਦਾ ਸੀਗਾ, ਕੋਈ ਆਈ ਲਵ ਯੂ ਵਾਲੀ ਗੱਲ ਨਹੀਂ ਸੀ ਤੇ ਕੋਈ ਡਿਵੋਰਸ ਵਾਲੀ ਵੀ ਫਿਰ ਗੱਲ ਨਹੀਂ ਸੀ, ਹੋ ਗਿਆ ਤੇ ਹੋ ਗਿਆ ਹਨਾ। ਹੁਣ ਆਈ ਲਵ ਯੂ ਵੀ ਵੱਟਦੇ ਹੀ ਆ ਤੇ ਆਈ ਹੇਟ ਯੂ ਵੀ ਵੱਟਦੇ ਹੀ ਆ ਤੇ ਡਿਵੋਰਸ ਵੀ ਵੱਟਦੇ ਹੀ ਆ, ਡਿਵੋਰਸ ਵੀ ਉੱਥੇ ਉੱਥੇ ਹੀ ਆ ਜਿੱਥੇ ਆਈ ਲਵ ਯੂ ਦੀ ਬੜੀ ਭਰਮਾਰ ਆ ਜੀ, ਲਵ ਮੈਰਿਜ ਆ ਜੀ ਰਾਈਟ, ਜਾ ਕੇ ਮਤਲਬ ਨਕਸ਼ਾ ਚੁੱਕੋ ਤੇ ਦੇਖੋ ਡਿਵੋਰਸ ਜ਼ਿਆਦਾ ਕਿੱਥੇ ਆ, ਓਕੇ ਆਈ ਲਵ ਯੂ ਕਿੱਥੇ ਆ ਜ਼ਿਆਦਾ ਕਿੱਥੇ ਆ ਜੀ, ਆਈ ਲਵ ਯੂ ਵੀ ਉੱਥੇ ਹੀ ਆ, ਆਈ ਹੇਟ ਯੂ ਵੀ ਉੱਥੇ ਆ, ਆਈ ਡਿਵੋਰਸ ਵੀ ਉੱਥੇ ਹੀ ਆ ਜੀ। ਸੋ ਤਦ ਕਰਕੇ ਇਹ ਆ ਜੀ ਵੀ ਪੁਰਾਣੇ ਸਮਿਆਂ ਦੇ ਵਿੱਚ ਨਾ ਤੇ ਇਹ ਕਿਤਾਬੀ ਪੜ੍ਹਾਈਆਂ ਸੀ, ਨਾ ਜਮਾਤਾਂ ਪੜ੍ਹੀਆਂ ਹੋਈਆਂ ਦੀ ਕੋਈ ਸ਼ੇਹੀ ਸੀਗੀ ਸਾਡੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ, ਪਰ ਸਿੰਪਲ ਸਧਾਰਨ ਜੀਵਨ ਸੀਗੇ ਤੇ ਬੜੇ ਵਧੀਆ ਆਨੰਦਮਈ ਤਰੀਕੇ ਦੇ ਨਾਲ ਲੋਕ ਜੀਵਨ ਜੀ ਕੇ ਆਪਣਾ ਜਾ ਰਹੇ ਸੀ ਤੇ ਆ ਰਹੇ ਸੀ, ਸਭ ਕੁਛ ਹੋ ਰਿਹਾ ਸੀਗਾ। ਪਰ ਜਿਉਂ ਜਿਉਂ ਇਹ ਹੁਣ ਪਦਾਰਥਾਂ ਦੀ ਦੌੜ ਵਧੀ ਹੋਈ ਹੈ, ਜਿਉਂ ਜਿਉਂ ਜਾਣੀ ਕਿ ਵੀ ਇਹ ਹੁਣ ਆਪਣਾ ਕਹੋ ਵੀ ਹਉਮੈ ਤੇ ਹੰਕਾਰ ਨੂੰ ਪੱਠੇ ਪਾਉਣ ਵਾਲੀ ਗੱਲ ਵਧੀ ਹੋਈ ਹੈ ਜੀ, ਜੇਬ ਦੇ ਵਿੱਚ ਜਿਹੜੀਆਂ ਡਿਗਰੀਆਂ ਦੀ ਕਹੋ ਵੀ ਸ਼ੇਖੀ ਬਹੁਤ ਵਧੀ ਹੋਈ ਹੈ, ਤਦ ਕਰਕੇ ਲੇਕਿਨ ਕਿ ਦਿਮਾਗਾਂ ਦੇ ਵਿੱਚ ਜਿਹੜਾ ਜੀ ਵੀ ਉਹ ਗਿਆਨ ਦਾ ਪ੍ਰਕਾਸ਼ ਘਟਿਆ ਹੋਇਆ, ਹੰਕਾਰ ਦੇ ਹਨੇਰੇ ਨੇ ਆਪਣੀ ਜਗ੍ਹਾ ਜਿਹੜੀ ਆ ਮੱਲੀ ਹੋਈ ਆ, ਜਿਹਦੇ ਵਿੱਚੋਂ ਇਹ ਵਾਇਲੈਂਸ ਉਪਜਦੀ ਹੈ।
ਤੇ ਧਰਤੀਆਂ ਭਾਵੇਂ ਬਦਲੀ ਜਾਈਏ, ਟੈਚੀ ਚੁੱਕ ਚੁੱਕ ਕੇ ਭਾਵੇਂ ਖਾਲੀ ਹੱਥ ਵੀ ਭੱਜੇ ਪਈਏ ਸਾਰੀ ਧਰਤੀ ਤੇ ਖਾਕ ਛਾਣ ਦੇ, ਪਰ ਜੇ ਹੰਕਾਰ ਦਾ ਕਲਗਾ ਉੱਚਾ ਆ ਤੇ ਮਿਲੇਗਾ ਸਦਾ ਨਰਕ। ਜਿਸ ਤਰ੍ਹਾਂ ਕਿ ਆਪਾਂ ਬਹੁਤ ਸਾਰੇ ਜੀਵਾਂ ਨੂੰ ਇੱਥੇ ਦੇਖ ਰਹੇ ਹਾਂ, ਜਿੱਦਣ ਵੀਜ਼ਾ ਮਿਲਦਾ ਕੈਨੇਡਾ ਦਾ ਉਦਣ ਖੁਸ਼ੀਆਂ ਪਾਰਟੀਆਂ ਉੱਥੇ ਹੁੰਦੀਆਂ, ਜਿੱਦਾਂ ਜਦੋਂ ਦਿਮਾਗ ਦੇ ਵਿੱਚ ਨਰਕ ਗੰਦਗੀ ਲੈ ਕੇ ਚੜ ਜਾਣਾ ਜਹਾਜ਼ ਦੇ ਵਿੱਚ ਇੱਥੇ ਆ ਕੇ, ਫਿਰ ਉਹੀ ਹੰਕਾਰ ਆਪਣਾ ਪੁਰਾਣਾ ਖਿਲਾਰਨੀ ਗੰਦਗੀ ਉੱਥੇ ਵਾਲੀਆਂ ਵਿਗੜੀਆਂ ਹੋਈਆਂ ਪੱਕੀਆਂ ਆਦਤਾਂ, ਤੇ ਕਿਸੇ ਅਦਾਲਤ ਵਿੱਚ ਜਾ ਕੇ ਦੇਖ ਲਓ ਵੀ ਕਿੰਨੇ ਨਰਕੀ ਜੀਵਨ ਨੇ, ਇੱਥੇ ਮਿਲਟਨ ਜੇਲ੍ਹ ਜਾ ਕੇ ਦੇਖ ਲਓ ਕੀ ਹਾਲ ਹੋ ਰਿਹਾ। ਕਿਸੇ ਨੂੰ ਪੁੱਛ ਲਓ ਵੀ ਤੂੰ ਕਿਹੜੇ ਕੰਮ ਤੁਰਿਆ ਸੀ ਘਰੋਂ, ਏ ਕਿਹੜੇ ਕੰਮ ਤੁਰੀ ਸੀ ਘਰੋਂ, ਹਨਾ। ਸੋ ਤਦ ਕਰਕੇ ਇਹ ਆ ਵੀ ਉੱਥੇ ਤੜਲਾ ਕੋਈ ਹੋਰ ਹੁੰਦਾ, ਇੱਥੇ ਜਦੋਂ ਪਹੁੰਚਣ ਦਾ ਮਸਲਾ ਹੱਲ ਹੋ ਜਾਏ ਤੇ ਉੱਪਰ ਉਸ ਵੇਲੇ ਫਿਰ ਜਾਣੀ ਜੀ ਆਪਣਾ ਜਿਹੜਾ ਹੰਕਾਰ ਆ ਉਹ ਜ਼ਿਆਦਾ ਉੱਚਾ ਦੇਖਦਾ, ਉਹਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਉਪਜਦੀਆਂ ਨੇ। ਵੈਲ, ਇਹ ਸੀ ਜੋ ਸਤਪਾਲ ਸਿੰਘ ਜੋਹਲ ਦੀਆਂ ਖੱਟੀਆਂ ਮਿੱਠੀਆਂ ਪਿਆਰੀਆਂ ਜਿਹੀਆਂ ਗੱਲਾਂ। ਤੁਹਾਨੂੰ ਜੇ ਪਸੰਦ ਆਈਆਂ ਹੋਣ ਤੁਸੀਂ ਇਹਨਾਂ ਨੂੰ ਫੀਡਬੈਕ ਵੀ ਦੇ ਸਕਦੇ ਹੋ ਜੀ। ਅਗਰ ਤੁਸੀਂ ਇਹਨਾਂ ਦੇ ਵਟਸਐਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਐਂਡ ਇਹਨਾਂ ਦੇ ਵਿਊਜ਼, ਗੱਲਾਂ ਬਾਤਾਂ, ਵੀਡੀਓਜ਼ ਐਵਰੀ ਡੇ 24 ਘੰਟੇ 7 ਦਿਨ ਤੁਹਾਡੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਆ ਜਾਂਦੇ ਨੇ, ਤੁਹਾਡੇ ਅਲਰਟਸ ਆ ਜਾਂਦੇ ਨੇ। ਕਾਲ ਕਰ ਸਕਦੇ ਹੋ 416-895-3784 416-895-3784 ਤੇ ਜੋਹਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੋਹਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਆਲਰਾਈਟ, ਇਹ ਸਨ ਸੀ ਸਤਪਾਲ ਸਿੰਘ ਜੋਹਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।